ਅੱਜ ਕਿਸਾਨਾਂ ਦੇ ਨਾਲ ਕੇਂਦਰੀ ਮੰਤਰੀਆਂ ਦੀ ਚੌਥੇ ਗੇਟ ਦੀ ਮੀਟਿੰਗ ਹੋ ਰਹੀ ਹੈ ਇਸ ਸਮੇਂ ਜਦੋਂ ਮੈਂ ਵੀਡੀਓ ਰਿਕਾਰਡ ਕਰ ਰਹੀ ਹਾਂ ਉਸ ਸਮੇਂ 7 ਵਜੇ ਨਹੀਂ 7 ਵਜੇ ਦਾ ਸਮਾਂ ਹੋ ਗਿਆ ਤੇ ਕਿਸਾਨ तकरीबन ਅੰਦਰ ਪਹੁੰਚ ਚੁੱਕੇ ਨੇ ਜਿੱਥੇ ਮੀਟਿੰਗ ਹੋਣੀ ਹੈ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਮਹਾਤਮਾ ગાંધી ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਵਿੱਚ ਇੱਥੇ ਹੀ ਪਹਿਲੀਆਂ ਤਿੰਨ ਮੀਟਿੰਗਾਂ ਹੋਈਆਂ ਨੇ ਤੇ ਇੱਥੇ ਹੀ ਅੱਜ ਚੌਥੇ ਗੇਟ ਦੀ ਮੀਟਿੰਗ ਹੋਣੀ ਹੈ ਇਸ ਨੂੰ ਫੈਸਲਾਕੁਨ ਮੀਟਿੰਗ ਮੰਨਿਆ ਜਾ ਰਿਹਾ ਹੈ ਕਿ ਅੱਜ ਕੋਈ ਨਾ ਕੋਈ ਹੱਲ ਜਿਹੜਾ ਉਹ ਜ਼ਰੂਰ ਨਿਕਲੇਗਾ ਇੱਕ ਡੈਡ ਅਰ ਅਤੇ ਕਿ ਸਨਾਂ ਦੇ ਵਿਚਾਲੇ ਉਹ ਜ਼ਰੂਰ ਟੁੱਟੇਗਾ ਤੇ ਐਮਐਸਪੀ ਨੂੰ ਲੈ ਕੇ ਕੋਈ ਫੈਸਲਾ ਜਿਹੜਾ ਉਹ ਕਹਿੰਦੇ ਸਰਕਾਰ ਦੇ ਵੱਲੋਂ ਲਿਆ ਜਾ ਸਕਦਾ ਹੈ ਦੂਜੇ ਪਾਸੇ ਜੇਕਰ ਹੁਣ ਦੇ ਮਾਹੌਲ ਦੀ ਮੈਂ ਗੱਲ ਕਰਾਂ ਤਾਂ ਕਿਸਾਨ ਆਗੂ ਅੰਦਰ ਪਹੁੰਚ ਚੁੱਕੇ ਨੇ ਉਹ ਬੈਠੇ ਨੇ ਅੰਦਰ ਇੱਕ ਮੈਦਾਨ ਦੇ ਵਿੱਚ ਤੇ ਉੱਥੇ ਬੈਠ ਕੇ ਇੰਤਜ਼ਾਰ ਕੀਤਾ ਜਾ ਰਿਹਾ ਹੈ ਕੇਂਦਰੀ ਮੰਤਰੀਆਂ ਦਾ ਤੇ ਹਜੇ ਤੱਕ ਕੇਂਦਰੀ ਮੰਤਰੀ ਜਿਹੜੇ ਨੇ ਉਹ ਇੱਥੇ ਨਹੀਂ ਪਹੁੰਚੇ ਪਹਿਲਾਂ ਸਮਾਂ ਦਿੱਤਾ ਗਿਆ ਸੀ ਕਿ ਜੀ ਮੀਟਿੰਗ ਜਿਹੜੀ ਆ ਪਿਛਲੀ ਵਾਰ ਜਦੋਂ ਤੀਜੇ ਗੇਟ ਦੀ ਮੀਟਿੰਗ ਹੋਈ ਸੀ ਤਾਂ ਉਦੋਂ ਕਿਹਾ ਗਿਆ ਸੀ ਕਿ 6 ਵਜੇ ਮੀਟਿੰਗ ਹੋਏ ਤੇ ਉਸ ਤੋਂ ਬਾਅਦ ਅੱਜ ਸਵੇ ਖਬਰ ਆਈ ਕਿ 5 ਵਜੇ ਜਾਂ 5:30 ਵਜੇ ਤਕਰੀਬਨ ਕਿਹਾ ਜਾ ਰਿਹਾ ਸੀ ਕਿ 5:30 ਵਜੇ ਮੀਟਿੰਗ ਸ਼ੁਰੂ ਹੋ ਜਾਵੇਗੀ ਪਰ ਹੁਣ 7:00 ਵੱਜ ਚੁੱਕੇ ਨੇ ਅਜੇ ਤੱਕ ਵੀ ਕੇਂਦਰ ਦੇ ਮੰਤਰੀ ਜਿਹੜੇ ਨੇ ਉਹ ਇੱਥੇ ਨਹੀਂ ਪਹੁੰਚੇ ਕਿਹਾ ਜਾ ਰਿਹਾ ਹੈ ਕਿ ਥੋੜਾ ਸਮਾਂ ਉਹਨਾਂ ਨੂੰ ਹੋਰ ਲੱਗ ਸਕਦਾ ਹੈ ਹਜੇ ਇੱਥੇ ਪਹੁੰਚਣ ਦੇ ਵਿੱਚ ਤੇ ਦੂਜੇ ਪਾਸੇ ਪੰਜਾਬ ਦੇ ਵੱਲੋਂ ਜੇਕਰ ਮੈਂ ਗੱਲ ਕਰਾਂ ਤਾਂ ਅੱਜ ਫਿਰ ਤੋਂ ਇਹ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੀ ਇਸ ਮੀਟਿੰਗ ਦੇ ਵਿੱਚ ਵਿਚੋਲਗੀ ਕਰਨਗੇ ਕਿਉਂਕਿ ਉਹ ਪਹਿਲਾਂ ਵੀ ਵਿਚੋਲਗੀ ਕਰ ਚੁੱਕੇ ਨੇ ਦੋ ਮੀਟਿੰਗਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਲ ਰਹੇ ਨੇ ਇੱਕ ਦੇ ਵਿੱਚ ਰਜਨੀਤੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੀ ਵਿਚੋਲਗੀ ਕਰਨਗੇ ਪਰ ਅਸਲ ਮੁੱਦਾ ਕੀ ਹੈ ਐਮਐਸਪੀ ਦਾ ਕਿਉਂਕਿ ਐਮਐਸਪੀ ਨੂੰ ਲੈ ਕੇ ਹੀ ਇਹ ਰੇਡ ਕਾ ਬਣਿਆ ਹੋਇਆ ਕਿਸਾਨ ਮੰਗ ਕਰ ਰਹੇ ਨੇ ਕਿ ਜੇਕਰ ਸਰਕਾਰ ਕਹਿ ਰਹੀ ਹੈ ਕਿ ਕਾਨੂੰਨ ਨਹੀਂ ਲਿਆ ਸਕਦੇ ਤਾਂ ਫਿਰ ਇੱਕ ਆਰਡੀਨੈਂਸ ਲਿਆਂਦਾ ਜਾਵੇ ਪਰ ਉਧਰ ਦੂਜੇ ਪਾਸੇ ਸਰਕਾਰ ਕਹਿ ਰਹੀ ਹੈ ਕਿ ਇੰਨੀ ਜਲਦੀ ਆਰਡੀਨੈਂਸ ਜਾਂ ਫਿਰ ਕਾਨੂੰਨ ਨਹੀਂ ਲਿਆਂਦਾ ਜਾ ਸਕਦਾ ਤਾਂ ਅੱਜ ਇਹ ਕੋਸ਼ਿਸ਼ ਹੈਗੀ ਹੈ ਦੋਵੇਂ ਧਿਰਾਂ ਦੇ ਵੱਲੋਂ ਕਿ ਇਸ ਡੈਡਲੌਕ ਨੂੰ ਤੋੜਿਆ ਜਾਵੇ ਪਰ ਕਿਹੜੀਆਂ ਸ਼ਰਤਾਂ ਦੇ ਉੱਤੇ ਇਹ ਡੈਡਲੌਕ ਟੁੱਟੇਗਾ ਇਹ ਦੇਖਣਾ ਬੇਹਦ ਅਹਿਮ ਹੈ ਕਿਉਂਕਿ ਦੋਨੇ ਧਿਰਾਂ ਆਪਣੀ ਆਪਣੀ ਗੱਲ ਦੇ ਉੱਤੇ ਅੜੀਆਂ ਹੋਈਆਂ ਨੇ ਕਿਸਾਨ ਵੀ ਕਹਿ ਰਹੇ ਨੇ ਕਿ ਜਦੋਂ ਤੱਕ ਐਮਐਸਪੀ ਦੇ ਉੱਤੇ ਕੋਈ ਗੱਲ ਨਹੀਂ ਹੁੰਦੀ ਉਦੋਂ ਤੱਕ ਅਸੀਂ ਪਿੱਛੇ ਨਹੀਂ ਪੜਤਾਂਗੇ ਅਸੀਂ ਦਿੱਲੀ ਕੂਚ ਕਰਕੇ ਰਹਾਂਗੇ ਪਰ ਦੂਜੇ ਪਾਸੇ ਜਿਹੜੇ ਹਾਲਾਤ ਬਾਰਡਰਾਂ ਤੇ ਬਣੇ ਹੋਏ ਨੇ ਚਾਹੇ ਉਹ ਸ਼ੰਭੂ ਦਾ ਬਾਰਡਰ ਹੈ ਜਾਂ ਫਿਰ ਖਨੌਰੀ ਦਾ ਬਾਰਡਰ ਹੈ ਉੱਥੇ ਲਗਾਤਾਰ ਕਿਸਾਨਾਂ ਦੇ ਉੱਤੇ ਹਮਲੇ ਹੋ ਰਹੇ ਨੇ ਗੋਲੇ ਦਾਗੇ ਜਾ ਰਹੇ ਨੇ ਇਸ ਕਰਕੇ ਹੀ ਇਹ ਬਿਹਤ ਅਹਿਮ ਬਣਿਆ ਹੋਇਆ ਹੈ ਕਿ ਅੱਜ ਚੌਥੇ ਗੇਟ ਦੀ ਮੀਟਿੰਗ ਦੇ ਵਿੱਚ ਕੀ ਮਸਲਾ ਹੱਲ ਹੋਏਗਾ ਜਾਂ ਫਿਰ ਨਹੀਂ ਹੋਏਗਾ ਪਰ ਵੱਡੀ ਗੱਲ ਹੈ ਕਿ ਅੱਜ ਫਿਰ ਤੋਂ ਇੱਕ ਲੰਬੀ ਮੀਟਿੰਗ ਜਿਹੜੀ ਹੈ ਉਹ ਹੋਏਗੀ ਕਿ ਕੇ 7 ਵੱਜ ਚੁੱਕੇ ਨੇ ਤੇ 7 ਵਜੇ ਤੱਕ ਤਾਂ ਹਜੇ ਮੀਟਿੰਗ ਸ਼ੁਰੂ ਨਹੀਂ ਹੋਈ ਹੈ ਜੇਕਰ ਮੰਤਰੀ ਆਉਣਗੇ ਵੀ ਤਾਂ ਮੰਨ ਕੇ ਚੱਲ ਰਹੇ ਹਾਂ ਕਿ 8 8:30 ਹੋ ਸਕਦੇ ਨੇ ਜਦੋਂ ਇਹ ਮੀਟਿੰਗ ਸ਼ੁਰੂ ਹੋਏਗੀ ਤੇ ਜੇਕਰ 8:30 ਮੀਟਿੰਗ ਸ਼ੁਰੂ ਹੁੰਦੀ ਹੈ ਤਾਂ ਲੰਬੀ ਗੱਲਾਂ ਬਾਤਾਂ ਹੋਣਗੀਆਂ ਫਿਰ ਤੋਂ ਵਿਚਾਰ ਚਰਚਾ ਹੋਏਗੀ ਤੇ ਉਹੀ ਅੱਧਾ ਅਧੀ ਰਾਤ ਜਿਹੜੀ ਆ ਉਹ ਹੋ ਸਕਦੇ ਕਿਉਂਕਿ ਪਿਛਲੀ ਮੀਟਿੰਗ ਦੇ ਵਿੱਚ ਵੀ ਤੀਜੀ ਮੀਟਿੰਗ ਦੇ ਵਿੱਚ ਵੀ ਤਕਰੀਬਨ 1:30 ਵਜ ਗਿਆ ਸੀ ਇੱਥੇ ਹੀ ਚੰਡੀਗੜ੍ਹ ਦੇ ਵਿੱਚ ਤੇ ਅੱਜ ਵੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਜੇਕਰ 8:30 ਵਜੇ ਮੀਟਿੰਗ ਸ਼ੁਰੂ ਹੁੰਦੀ ਹੈ ਤਾਂ 1:30 2 ਵ ਦੇ ਪਾਸੇ ਰਿਕਰ ਇੱਥੇ ਮਾਹੌਲ ਦੀ ਮੈਂ ਗੱਲ ਕਰਾ ਤਾਂ ਮੀਡੀਆ ਕਰਮੀ तकरीबन 4:30 ਵਜੇ ਇੱਥੇ ਆ ਕੇ ਖੜੇ ਹੋ ਜਾਂਦੇ ਨੇ ਤੇ ਆਪਣੀ ਡਿਊਟੀ ਦੇਣ ਲੱਗ ਜਾਂਦੇ ਨੇ ਪਰ ਇੱਥੇ ਜ਼ਰੂਰ ਹੁੰਦਾ ਹੈ ਕਿ ਮੀਡੀਆ ਕਰਮੀਆਂ ਨੂੰ ਥੋੜੀਆਂ ਮੁਸ਼ਕਲਾਂ ਆਉਂਦੀਆਂ ਕਿਉਂਕਿ ਖਾਸ ਕਰਕੇ ਕੁੜੀਆਂ ਦੇ ਲਈ ਨਾ ਤਾਂ ਵਾਸ਼ਰੂਮ ਦੀ ਕੋਈ ਇੱਥੇ ਸਹੂਲਤ ਹੁੰਦੀ ਹੈ ਕਿ ਕਿਤੇ ਵਾਸ਼ਰੂਮ ਜਾ ਸਕਦੇ ਆਂ ਖਾਣ ਪੀਣ ਦੇ ਲਈ ਵੀ ਬੜੀ ਮੁਸ਼ਕਲ ਆਉਂਦੀ ਹੈ ਪਰ ਅੱਜ ਕਿਸਾਨ ਆਗੂਆਂ ਦੇ ਵੱਲੋਂ ਇਹ ਜ਼ਰੂਰ ਮੈਸੇਜ ਆਇਆ ਹੈ ਕਿ ਲੰਗਰ ਦਾ ਪ੍ਰਬੰਧ ਜਿਹੜਾ ਉਹ ਮੀਡੀਆ ਕਰਮੀਆਂ ਦੇ ਲਈ ਕੀਤਾ ਗਿਆ ਪਰ ਇਸ ਤੋਂ ਬਾਅਦ ਜੇਕਰ ਫਿਰ ਤੋਂ ਮੀਟਿੰਗ ਦੀ ਹੀ ਮੈਂ ਗੱਲ ਹੈ ਤੇ ਇਸ ਦੇ ਵਿੱਚ ਦੋਵੇਂ ਟੀਰਾ ਕੋਸ਼ਿਸ਼ ਕਰਨਗੇ ਕਿ ਡੈਡ ਲੌਕ ਨੂੰ ਤੋੜਿਆ ਜਾਵੇ ਪਰ ਕੀ ਟੁੱਟਦਾ ਹੈ ਜਾਂ ਫਿਰ ਉਸੇ ਤਰੀਕੇ ਇਹ ਗੱਲ ਇਹ ਰੇਡ ਦਾ ਉਸੇ ਤਰੀਕੇ ਬਰਕਰਾਰ ਰਹਿੰਦਾ ਹੈ ਇਹ ਅੱਜ ਦੀ ਮੀਟਿੰਗ ਦੇ ਵਿੱਚ ਹੀ ਪਤਾ ਲੱਗੇਗਾ ਵੀਡੀਓ ਜਰਨਲਿਸਟ ਹਰਵਿੰਦਰ ਸਿੰਘ ਦਿਨਾਲ ਮੈਨ ਆਫ ਜੂਥ ਕੋਰ ਚੰਡੀਗੜ੍ਹ